ਨਾਮ ਦੀ ਸਿਮਰਨ ਨਾਲ ਪਹਿਲਾਂ ਮਨ ਨਿਰਮਲ ਹੁੰਦਾ ਹੈ। ਮਨ ਵਿੱਚੋਂ ਪੁਰਾਣੇ ਸੰਸਕਾਰ ਨਿਕਲਦੇ ਹਨ। ਸਤਿਗੁਰੂ ਨਾਨਕ ਦਾ ਮਾਰਗ ਇਹ ਹੈ ਕਿ ਗ੍ਰਸਥ ਵਿੱਚ ਰਹਿ ਕੇ ਨਾਮ ਜਪਣਾ। ਇਸ ਨਾਲ ਪਹਿਲਾਂ ਮਨ ਸਾਫ਼ ਹੁੰਦਾ ਹੈ, ਫਿਰ ਰਸ ਭਰਦਾ ਹੈ ਅਤੇ ਵਾਹਿਗੁਰੂ ਦਾ ਪਿਆਰ ਹਿਰਦੇ ਵਿੱਚ ਆ ਵੱਸਦਾ ਹੈ। ਇਹ ਹੌਲੀ ਹੌਲੀ ਹੁੰਦਾ ਹੈ। ਕਾਲੀ ਮਤ ਕਰਨਾ, ਜਾਗਦਾ ਮਨ ਨਾਮ ਨਾਲ ਜੁੜਿਆ ਰਹਿੰਦਾ ਹੈ। ਇਸ ਤਰ੍ਹਾਂ ਜਪਿਆ ਇਹ ਸਭ ਕੌਨਸ਼ੀਅਸ ਮਾਇੰਡ ਭਾਵ ਸੁੱਤੇ ਮਨ ਵਿੱਚ ਆਹਿਸਤਾ ਆਹਿਸਤਾ ਉਤਰ ਜਾਂਦਾ ਹੈ ਔਰ ਇਸ ਨਾਲ ਇਕਮਿਕ ਹੋ ਜਾਂਦਾ ਹੈ। ਇਸ ਲਈ ਨਾਮ ਰਸਨਾ ਨਾਲ ਜਪੋ ਅਤੇ ਜਦ ਵੀ ਵਕਤ ਮਿਲੇ ਨਾਮ ਜਪੋ। ਦਿਨ ਵਿੱਚ ਕਈ ਵਿਹਲੇ ਵਕਤ ਹੁੰਦੇ ਹਨ ਜੋ ਐਵੇਂ ਚਲੇ ਜਾਂਦੇ ਹਨ, ਉਹਨਾਂ ਨੂੰ ਨਾਮ ਜਪ ਕੇ ਸਫਲ ਕਰੋ। ਜਿਹੜਾ ਘੱਟ ਤੋਂ ਘੱਟ 5 ਮਿੰਟ ਵੀ ਹਰ ਰੋਜ਼ ਨਾਮ ਜਪ ਲਏਗਾ, ਉਸ ਨੂੰ ਮਰਨ ਤੋਂ ਬਾਅਦ ਕੋਈ ਔਖ ਨਹੀਂ ਹੋਏਗਾ। ਨਾਮ ਜਪਣਾ ਸਤਿਗੁਰ ਦੀ ਸ਼ਰਨ ਪੈਣਾ ਹੈ, ਉਹ ਸਦਾ ਬਖਸ਼ਿੰਦਾ ਹੈ। ਜੇ ਕੋਈ ਦੁਕਾਨਦਾਰ ਹੈ, ਫਰਜ਼ ਕਰੋ ਕੱਪੜਾ ਵੇਚਦਾ, ਜਦ ਗਾਹਕ ਆਇਆ ਉਸ ਨੂੰ ਕੱਪੜਾ ਦੇ ਦਿੱਤਾ, ਜਦ ਉਹ ਚਲਿਆ ਗਿਆ ਵਿਹਲੇ ਟਾਈਮ 'ਤੇ ਫਿਰ ਨਾਮ ਜਪਣ ਵਿੱਚ ਲੱਗ ਜਾਏ। ਫਿਰ ਕੋਈ ਗਾਹਕ ਆਇਆ ਉਸ ਨੂੰ ਵਣਜ ਲਿਆ, ਉਹ ਚਲਾ ਗਿਆ ਤਾਂ ਫਿਰ ਨਾਮ ਵਿੱਚ ਲੱਗ ਜਾਏ। ਕਦੇ ਕਿਸੇ ਦਾ ਇੰਤਜ਼ਾਰ ਹੈ ਤਾਂ ਨਾਮ ਜਪਦੇ ਰਹੋ। ਐਵੇਂ ਵਕਤ ਦੀਆਂ ਵਿਰਲਾਂ ਸੰਭਾਲੀਆਂ ਜਾ ਸਕਦੀਆਂ ਹਨ ਅਤੇ ਇਸ ਤਰ੍ਹਾਂ ਤੁਸੀਂ ਦੇਖੋਗੇ ਕਿ ਦਿਨ ਦੇ ਖਾਤਮੇ 'ਤੇ ਤੁਹਾਡੇ ਨਾਮ ਜਪਣ ਦਾ ਸਮਾਂ ਮਿਲ ਕੇ 1-2 ਘੰਟੇ ਜ਼ਰੂਰ ਹੋ ਜਾਏਗਾ। ਇਹ ਨਾਮ ਵੱਲ ਸੁਰਤ ਲਾਈ ਰੱਖਣ ਦਾ ਸੌਖਾ ਤਰੀਕਾ ਹੈ। ਗ੍ਰਸਥ ਵਿੱਚ ਰਹਿ ਕੇ ਤਰੱਕੀ ਹੌਲੀ ਹੌਲੀ ਹੁੰਦੀ ਹੈ। ਘਬਰਾਉਣਾ ਨਹੀਂ, ਕਾਹਲੇ ਨਹੀਂ ਪੈਣਾ। ਜਿਹੜੇ ਘਰ ਬਾਹਰ ਛੱਡ ਕੇ ਇਕਾਂਤ ਜਾ ਬੈਠਦੇ ਨੇ ਨਾ, ਉਹ ਭਾਵੇਂ ਕਦੀ ਜਲਦੀ ਤਰੱਕੀ ਕਰ ਲੈਣ, ਪਰ ਇਸ ਤਰ੍ਹਾਂ ਭਾਈਚਾਰਾ ਚੰਗੇ ਆਦਮੀਆਂ ਤੋਂ ਸੁਣਨਾ ਹੋ ਜਾਂਦਾ ਹੈ। ਸਤਿਗੁਰੂ ਜੀ ਦਾ ਮਾਰਗ ਗ੍ਰਸਥ ਉਦਾਸ ਹੈ। ਥੋੜ੍ਹੀ ਦੇਰ ਦੀ ਗੱਲ ਹੈ, ਗੁਰਸਿੱਖ ਸਿੰਧੀਆਂ ਦਾ ਇੱਕ ਟੱਬਰ ਪਾਕਿਸਤਾਨ ਤੋਂ ਆ ਕੇ ਬੰਬਈ ਆਬਾਦ ਹੋ ਗਿਆ। ਘਰ ਦੇ ਮਾਲਕ ਸਿੰਧੀ ਦਾ ਇੱਕੋ ਇੱਕ ਲੜਕਾ ਸੀ ਜੋ ਵਲੈਤ ਜਾ ਕੇ ਡਾਕਟਰੀ ਪੜ੍ਹ ਕੇ ਉੱਥੇ ਪ੍ਰੈਕਟਿਸ ਕਰਨ ਲੱਗ ਪਿਆ। ਲੜਕੇ ਦੀ ਭੈਣ ਨੇ ਆਪਣੇ ਭਰਾ ਨੂੰ ਵਲੈਤ ਲਿਖਿਆ ਕਿ ਉਹ ਘਰ ਆ ਕੇ ਮਾਪਿਆਂ ਨੂੰ ਅਤੇ ਬਾਕੀ ਰਿਸ਼ਤੇਦਾਰਾਂ ਨੂੰ ਮਿਲ ਜਾਵੇ। ਲੜਕਾ ਕਿਸੇ ਕਾਰਨ ਨਾ ਆ ਸਕਿਆ। ਆਖਿਰਕਾਰ ਭੈਣ ਆਪਣੇ ਪਤੀ ਨੂੰ ਨਾਲ ਲੈ ਕੇ ਵਲੈਤ ਗਈ ਅਤੇ ਆਪਣੇ ਭਰਾ ਨੂੰ ਬੰਬਈ ਲੈ ਆਈ। ਇੱਥੇ ਲਿਆ ਕੇ ਲੜਕੇ ਦੇ ਮਾਪੇ ਅਤੇ ਭੈਣ ਇਹ ਚਾਹੁਣ ਕਿ ਲੜਕਾ ਨਾਮ ਲੈ ਕੇ ਗੁਰਸਿੱਖੀ ਵਿੱਚ ਜੀਵਿਤ ਹੋ ਕੇ ਵਲੈਤ ਜਾਵੇ। ਸੋ ਉਸਨੂੰ ਇੱਕ ਗੁਰਮੁਖ ਪਾਸ ਲੈ ਗਏ ਅਤੇ ਉਸਨੂੰ ਬੇਨਤੀ ਕੀਤੀ ਕਿ ਲੜਕੇ ਨੂੰ ਗੁਰਸਿੱਖੀ ਦੀ ਸਿੱਖਿਆ ਅਤੇ ਨਾਮ ਦਾ ਦਾਨ ਦਿਓ। ਗੁਰਮੁਖ ਨੇ ਲੜਕੇ ਨੂੰ ਕਿਹਾ ਕਿ ਨਾਮ ਮੰਤਰ ਦਾ ਰੋਜ਼ ਘੱਟੋ ਘੱਟ 1/2 ਘੰਟਾ ਸਿਮਰਨ ਕਰਨਾ ਹੈ। ਲੜਕੇ ਨੇ ਝੱਟ ਉੱਤਰ ਦਿੱਤਾ, ਮੇਰੇ ਕੋਲ ਇੰਨਾ ਵਕਤ ਕਿੱਥੇ ਹੈ? ਮੇਰੀ ਤਾਂ ਡਾਕਟਰੀ ਦੀ ਪ੍ਰੈਕਟਿਸ ਹੈ। ਕਦੀ ਕਿਸੇ ਬਿਮਾਰ ਨੂੰ ਦੇਖਣ ਜਾਣਾ, ਕਦੀ ਕਿਸੇ ਨੂੰ ਦੇਖਣ ਜਾਣਾ, ਕਦੀ ਕਿਸੇ ਨੂੰ ਅਟੈਂਡ ਕਰਨਾ, 1/2 ਘੰਟਾ ਮੈਂ ਕਿੱਥੋਂ ਕੱਢ ਸਕਦਾ? ਇਹ ਤਾਂ ਬਾਬਾ ਜੀ ਮੇਰੇ ਤੋਂ ਨਹੀਂ ਹੋਣਾ। ਇਹ ਸੁਣ ਕੇ ਗੁਰਮੁਖ ਜੀ ਨੇ ਲੜਕੀ ਨੂੰ ਕਿਹਾ ਕਿ ਠੀਕ ਹੈ, ਤੂੰ ਹਰ ਵਕਤ ਰੁੱਝਾ ਰਹਿੰਦਾ, ਬਿਜ਼ੀ ਰਹਿੰਦਾ, ਤੈਨੂੰ ਕਦੇ ਵਿਹਲ ਨਹੀਂ ਮਿਲਦੀ, ਪਰ ਜਦ ਤੂੰ ਬਿਮਾਰਾਂ ਨੂੰ ਦੇਖਣ ਜਾਂਦਾ ਹੈ ਤਾਂ ਕਿ ਇਕੱਲਾ ਹੁੰਦਾ ਹੈ ਕਿ ਜੇ ਨਾਲ ਕੋਈ ਵੀ ਹੁੰਦਾ ਹੈ? ਲੜਕੀ ਨੇ ਕਿਹਾ, ਹਾਂ, ਮੇਰੀ ਆਪਣੀ ਮੋਟਰ ਹੈ। ਆਮ ਤੌਰ 'ਤੇ ਮੈਂ ਜਦ ਕਿਸੇ ਬਿਮਾਰ ਨੂੰ ਦੇਖਣ ਜਾਂਦਾ ਨਾ, ਤਾਂ ਮੋਟਰ ਮੈਂ ਆਪ ਹੀ ਚਲਾ ਕੇ ਇਕੱਲਾ ਜਾਂਦਾ ਹਾਂ। ਕਦੇ ਕਦੇ ਮੇਰੇ ਨਾਲ ਨਰਸ ਵੀ ਹੁੰਦੀ ਹੈ। ਗੁਰਮੁਖ ਜੀ ਨੇ ਕਿਹਾ, ਗੱਲ ਆਸਾਨ ਹੈ, ਤੂੰ ਸਮਾਂ ਕੱਢ ਸਕਦਾ ਹੈ। ਜਦ ਤੂੰ ਮੋਟਰ ਵਿੱਚ ਕਿਸੇ ਮਰੀਜ਼ ਨੂੰ ਦੇਖਣ ਜਾਵੇਂ ਜਾਂ ਵੇਖ ਕੇ ਆਉਂਦਾ ਹੋਵੇਂ, ਜਾਂਦਿਆਂ ਆਉਂਦਿਆਂ ਰਸਤੇ ਵਿੱਚ ਤੂੰ ਨਾਮ ਜਪਦਾ ਰਿਹਾ ਕਰ। ਜੇ ਕੋਈ ਨਾਲ ਹੈ ਤਾਂ ਉਸ ਨਾਲ ਮਤਲਬ ਦੀ ਗੱਲ ਕੀਤੀ, ਗੱਪਾਂ ਨਾ ਮਾਰੀਆਂ, ਤਾਂ ਉਹ ਸਮਾਂ ਨਾਮ ਸਿਮਰਨ 'ਤੇ ਖਰਚ ਕੀਤਾ ਜਾ ਸਕਦਾ। ਲੜਕੇ ਨੇ ਸੋਚ ਕੇ ਉੱਤਰ ਦਿੱਤਾ, ਹਾਂ, ਇਹ ਮੈਂ ਕਰ ਸਕਦਾ। ਗੁਰਮੁਖ ਤੋਂ ਹੀ ਸਿੱਖਿਆ ਪਾ ਕੇ ਉਹ ਲੜਕਾ ਨਾਮ ਦੇ ਆਹਰੇ ਲੱਗ ਗਿਆ। ਭੈਣ ਭਰਾ ਦੋਵੇਂ ਖੁਸ਼ੀ ਖੁਸ਼ੀ ਘਰ ਵਾਪਸ ਆਏ। ਥੋੜ੍ਹੀ ਦੇਰ ਬਾਅਦ ਲੜਕਾ ਵਲੈਤ ਚਲਾ ਗਿਆ ਅਤੇ ਉਸਨੇ ਗੁਰਮੁਖ ਦੀ ਸਿੱਖਿਆ 'ਤੇ ਅਮਲ ਕਰਨਾ ਅਤੇ ਵਿਹਲੇ ਸਮੇਂ ਨੂੰ ਸਿਮਰਨ ਦੇ ਨਾਲ ਪਰੋਣਾ ਸ਼ੁਰੂ ਕਰ ਦਿੱਤਾ।
कोई लगभग एक महीने बाद लड़के ने अपनी भैन नूं खत लिखिया कि मैं तेरे परोपकार दा बड़ा धन्नवादी हाँ। गुरमुख जी दे कहण मुजब नाम जपण नाल एक महीने विच मेरे मन दी सुख दी दशा इह बन गई है कि अंतर आत्मे एक बहुत भरोसा बहुत टिकाऊ आ गया है। मैं बड़ी भारी तब्दीली महसूस कर रहा, हिरदे ते आत्मा विच ठंड है, सुख है, मैं बड़े खेड़े विच रहिंदा हां, जीवन सोहना स्वादी ते बेपरवाह जिहा हो गया है। हुण मैं नाम दा पल्ला कदे ना छड्डांगा, इह तां रस भरी रसायण है जो पारस वांगू जीवन ही पलट दिंदी है। ये खत उस बीबी ने सानू लिया के दस्या सी।